ਪਲਾਟਾਂ ਚ ਪਾ ਰਹੀ ਹੈ 25 ਏਕੜ ਦਾ ਪਲਾਟ ਕਰਕੇ ਸਾਨੂੰ ਜਾਣੇ ਭਵਿੱਖ ਮਾਰ ਰਹੇ ਨੇ ਕਿਸਾਨਾਂ ਦਾ। ਉਹ ਪਲਾਟ ਦੇ ਵਿੱਚ ਕੀ ਹੋਊ? ਸਰਕਾਰ MP ਮੁੱਖ ਮੰਤਰੀ MLA ਦਾ ਨੌਕਰ ਛੱਡਿਆ ਹੋਊਗਾ, ਉਹ ਸਾਨੂੰ ਹਾਜ਼ਰੀਆਂ ਲਿਖ ਕੇ ਸਾਨੂੰ ਸੰਦ ਦੇਊਗਾ, ਸੰਦ ਦੇ ਕੇ ਸਾਡੇ ਬੱਚਿਆਂ ਦੀਆਂ ਹਾਜ਼ਰੀਆਂ ਲਾ ਕੇ ਕੰਮ ਤੇ ਲਾਊ, ਫਿਰ ਸਾਡੀਆਂ ਧੀਆਂ ਬੱਚੇ ਮਾਵਾਂ ਭੈਣਾਂ ਪਰੋਏ ਢਾਲੀ ਹੋ ਜਾਣੀਆਂ। ਸਾਨੂੰ ਲੱਕੜ ਨਹੀਂ ਦੇਣੀ ਕਿਸੇ ਨੇ, ਸਾਨੂੰ ਲੱਕੜੀ ਨਹੀਂ ਚੁਗਣ ਦੇਣੀ। ਬਾਕੀ ਆ ਸੜਕ ਨਿਕਲੀ ਆ ਵੱਡੀ ਚੌੜੀ 2.5 ਕਿੱਲਿਆਂ 'ਚ ਸੜਕ ਹੈ। ਅੱਜ ਜ਼ਿਮੀਂਦਾਰ ਸੋਚ ਰਹੇ ਨੇ ਜਦੋਂ ਮੇਰੇ ਪੈਰਾਂ 'ਚੋਂ ਜ਼ਮੀਨ ਖੁਸ਼ਕ ਗਈ, ਮਾਤਾ ਖੁਸ਼ਕ ਗਈ, ਕੀ ਕਰਾਂਗੇ? ਅੱਜ ਉਹਦਾ ਮੁੱਲ ਨਹੀਂ, ਕੋਈ ਰੇਟ ਨਹੀਂ। ਅਸੀਂ ਮੱਚਾਂਗੇ, ਅਸੀਂ ਧਾਨਿਆਂ ਦੇ ਵਿੱਚ ਮੈਂ ਬਾਂਹ ਖੜੀ ਕਰਦਾ, ਜਿੱਥੇ ਮਰਜ਼ੀ ਮੈਨੂੰ ਆ ਸੰਗਤਾਂ ਮਚਾ ਦੇਣ, ਮੈਂ ਜਿਉਂਦਾ ਮੱਚੂਗਾ ਜੇ ਸਾਡੀ ਨਾ ਮੰਗਾਂ ਮੰਨੀ। ਮਨ ਮੰਨਿਆ ਕਿ ਸਾਬਰਾਂ ਨੂੰ ਮਾਰਿਆ, ਪਰ ਸਦਾ ਲਈ ਨਾ ਸਿੱਧੇ ਹਥਿਆਰ ਨੇ। ਅਸੀਂ ਉਹ ਜਿਹੜ ਕਰਨੇ ਤੇ ਰਹਿੰਦੇ ਹਾਂ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਉਹ ਜਿਹੜ ਕਰ